ਬਾਲੀਵੁੱਡ ਸਟਾਰਸ ਸ਼ਾਹਰੁਖ ਖਾਨ, ਅਮਿਤਾਭ ਬੱਚਨ, ਸਨੀ ਦਿਓਲ, ਅਜੇ ਦੇਵਗਨ, ਇਹਨਾਂ ਸਾਰਿਆਂ ਨੂੰ ਅਸੀਂ ਕਈ ਵਾਰੀ ਟਰਬਨ ਪਾ ਕੇ ਸਿੱਖੀ ਅਵਤਾਰ 'ਚ ਐਂਟਰਟੇਨ ਕਰਦੇ ਦੇਖਿਆ। ਲੇਕਿਨ ਮੇਰੇ ਪਰਸਨਲ ਫੇਵਰੇਟ ਨੇ ਸੈਫ ਅਲੀ ਖਾਨ। ਹਾਂਜੀ, ਉਹੀ ਕਰੈਕਟਰ ਜਿਹੜਾ ਉਹਨਾਂ ਲਵ ਅੱਜਕੱਲ੍ਹ 'ਚ ਨਿਭਾਇਆ ਸੀ ਸਰਦਾਰ ਬਣ ਕੇ, ਉਹ ਮੇਰਾ ਸਭ ਤੋਂ ਜ਼ਿਆਦਾ ਫੇਵਰੇਟ ਹੈ। ਅਤੇ ਇੱਕ ਵਾਰੀ ਫਿਰ ਸੈਫ ਅਲੀ ਖਾਨ ਟਰਬਨ ਵਿੱਚ ਨਜ਼ਰ ਆਉਣਗੇ। ਜੀ ਹਾਂ, ਨੈੱਟਫਲਿਕਸ ਦੀ ਟੀ ਵੀ ਸੀਰੀਜ਼ ਸੈਕਰੇਟ ਗੇਮਸ, ਸੈਕਰੇਟ ਗੇਮਸ ਦੇ ਵਿੱਚ ਸੈਫ ਅਲੀ ਖਾਨ ਟਰਬਨ ਪਾ ਕੇ ਨਜ਼ਰ ਆਉਣਗੇ। ਉਹਨਾਂ ਦਾ ਕਰੈਕਟਰ ਇੱਕ ਪੁਲਿਸ ਆਫਿਸਰ ਦਾ ਕਰੈਕਟਰ ਹੈ। ਉਹਨਾਂ ਦੇ ਨਾਲ ਨਜ਼ਰ ਆਉਣਗੇ ਨਵਾਜ਼ੁਦੀਨ ਸਿੱਦੀਕੀ, ਰਾਧਿਕਾ ਆਪਟੇ। ਸੈਕਰੇਟ ਗੇਮ ਟੀ ਵੀ ਸੀਰੀਜ਼ ਵਿਕਰਮ ਚੰਦਰਾ ਦੇ ਫੇਮਸ ਨੋਵਲ 'ਤੇ ਆਧਾਰਿਤ ਹੈ। ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਬਾਲੀਵੁੱਡ ਸਟਾਰ ਟੀ ਵੀ ਸੀਰੀਜ਼ 'ਚ ਨਜ਼ਰ ਆਉਂਦਾ। ਇਸ ਤੋਂ ਪਹਿਲੇ ਵਿਵੇਕ ਓਬਰਾਏ ਨਜ਼ਰ ਆਏ ਸੀ ਦ ਇਨਸਾਈਡ ਐਜ 'ਚ, ਆਰ ਮਾਧਵ ਨਜ਼ਰ ਆਏ ਸੀ ਬ੍ਰੀਥ 'ਚ, ਅਤੇ ਸੈਫ ਅਲੀ ਖਾਨ ਨੂੰ ਨਜ਼ਰ ਆ ਰਹੇ ਨੇ ਸੈਕਰੇਟ ਗੇਮਸ 'ਚ। ਅਤੇ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਕਿ ਬਾਲੀਵੁੱਡ ਸਟਾਰਸ ਵੈਬ ਸੀਰੀਜ਼ ਕਰਦੇ ਨਜ਼ਰ ਆਉਣਗੇ। ਪੂਰੀ ਖਬਰ ਪੜ੍ਹਨ ਲਈ ਜਾਓ gabruu.com 'ਤੇ। ਔਸਮ ਵੀਡੀਓਜ਼ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਅਤੇ ਮੈਂ ਚੱਲਾਂ ਅੰਦਰ ਅਗਲੀ ਖਬਰ ਦੀ ਤਿਆਰੀ ਕਰਨ। ਤਦ ਤੱਕ ਤੁਸੀਂ ਮੈਨੂੰ ਕਮੈਂਟ 'ਚ ਫੀਡਬੈਕ ਜ਼ਰੂਰ ਦਿੰਦੇ ਰਹੋ। ਸੀ ਯੂ ਨੈਕਸਟ ਟਾਈਮ। gabruu.com, ਪੰਜਾਬ ਦਾ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।